ਇਸ ਟਾਈਮ ਜੀ ਅਸਾਂ ਪਹੁੰਚੇ ਹਾਂ ਬਾਜ਼ਾਰ, ਇੱਥੋਂ ਜਾਣ ਨੂੰ ਅਸਾਂ ਕਿੰਨੀ ਆ ਗੋਭੀ ਤੱਕਣੇ ਆ। ਸੋ ਅੱਜ ਕੱਲ੍ਹ ਮੌਸਮ ਆਈ ਗਿਆ ਗਾਜਰਾਂ ਨੂੰ ਅਤੇ ਨਾਲ ਹੀ ਪਾਲਕ ਵੀ ਆਇਆ, ਉਸ ਤੋਂ ਬਾਅਦ ਪਿਆਜ਼ ਵੀ ਤੱਕਣੇ ਆ, ਛੋਲੇ ਵੀ ਆ, ਮੂਲੀਆਂ ਵੀ ਮੌਸਮ ਨੇ ਇਸ ਟਾਈਮ, ਟਮਾਟਰ ਖੀਰੇ ਸ਼ੀਰੇ ਤੱਕਣੇ ਆ, ਛੋਲੇ ਵੀ ਅਸਾਂ ਜਾਣਾ, ਗੋਭੀ ਕਿੰਨੀ ਆ ਤੱਕਣੇ ਆ। ਸੋ ਇਹ ਜੀ ਪਾਰਕ ਹੈ, ਇੱਥੋਂ ਤੱਕਣੇ ਆ। ਸੋ ਬਸ ਤੋਂ ਪਾਲ ਜਾਣਾ, ਟੇਕ ਵੇ ਅੱਛਣਾ, ਫਿਰ ਚੜ੍ਹਾਉਣ ਤੁਸੀਂ ਪਾਰਕ ਦੱਸਣਾ ਪੈਣਾ, ਤੁਹਾਨੂੰ ਦੇਖੋ ਟੇਕ ਵੇ। ਮੈਂ ਇਸ ਟਾਈਮ ਮੰਗਲਾ ਡੈਮ ਲਈ ਰਿਹਾ ਹਾਂ ਤੱਕਣੇ। ਸੋ ਪਾਣੀ ਦੀ ਪੋਜੀਸ਼ਨ ਕਾਫੀ ਅੱਜ ਤੱਕ ਲਈ ਰਿਹਾ, ਮੰਗਲਾ ਡੈਮ ਰਿਹਾ ਇੱਥੇ, ਬੁਨਾ ਨਾਲ ਹੀ ਲੱਗਣਾ ਹੋਣਾ ਤਕਰੀਬਨ, ਬੁਨ ਵੀ ਨਾ ਬੂਟੇ ਲਾਏ ਹੋਏ ਕਾਫੀ ਸੋਹਣੇ। ਇਹ ਹੈ ਜੀ ਪਾਰਕ, ਪਾਰਕ ਸਾਹਮਣੇ ਜੋ ਜਿਹੇ ਲੱਗੇ ਉਹ ਤੁਸੀਂ ਸਾਨੂੰ ਸ਼ੇਅਰ ਕਰਨੇ ਆ। ਇਹ ਜੀ ਇਸ ਟਾਈਮ ਅਸਾਂ ਪਹੁੰਚੇ ਹਾਂ ਦਰਬਾਰ ਤੱਕਣੇ। ਸੋ ਅਸਾਂ ਕਾਰ ਆਪਣੀ ਅੱਖ ਲਾਈ ਹੋਈ ਹੈ ਨਾਲ ਹੀ, ਤੁਸੀਂ ਤੱਕੀ ਰਹੇ। ਸੋ ਦਰਬਾਰ ਫਿਰ ਡੋਈ ਵਾਲੀ ਦਰਬਾਰ ਹੈ ਤਕਰੀਬਨ। ਸੋ ਇਹ ਨਾਲ ਹੀ ਜਿਹੜੀਆਂ ਮਸਜਿਦ ਹੈ ਉਧਰ ਜਾਣਾ ਉਹ ਦਿਖਾਉਂਦੇ ਨੇ। ਬਿਸਮਿਲ੍ਲਾ ਰਹਿਮਾਨ ਰਹੀਮ, ਅਸਲਾਮ ਅਲੈਕੁਮ, ਮੈਂ ਹੁਣ ਤਲਤ ਹੁਸੈਨ। ਇਸ ਟਾਈਮ ਜੀ ਅਸਾਂ ਮੌਜੂਦ ਹਾਂ ਫਿਰ ਗਨੋਈ, ਜਿਹੜਾ ਚਕਸਵਾਰੀ ਔਰ ਡਡਿਆਲ ਨੇ ਦਰਮਿਆਨ ਵਿੱਚ ਹੈ। ਉਮੀਦ ਕਰਨਾ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ, ਅਗਰ ਵੀਡੀਓ ਪਸੰਦ ਅੱਛਾ ਲਾਈਕ ਕਰਨਾ, ਕਮੈਂਟ ਕਰਨਾ, ਮਾਰ ਚੈਨਲ ਸਬਸਕ੍ਰਾਈਬ ਕਰ ਸਕੋ, ਬੈਲ ਆਈਕਨ ਤੁਸੀਂ ਦਬਾ ਸਕੋ ਤਾਂ ਕਿ ਮਾਰੀ ਵੀਡੀਓ ਤੁਸੀਂ ਕਿ ਲੱਭ ਨਹੀਂ ਲਵਾਇਆ। ਅੱਜ ਤੁਸਾਂ ਨਾਲ ਇਹ ਸ਼ੇਅਰ ਕਰ ਸਕਾਂ ਜਿਹੜੀ ਹੈ ਇੱਥੇ ਚਿਲਾ ਗਾਇਆ ਹੈ ਤੱਕਣੇ। ਸੋ ਇੱਧਰ ਕਾਰ ਹੈ, ਹੁਣ ਤੁਸੀਂ ਦੱਸਣੇ ਆ ਵਲੋਗ ਸ਼ੁਰੂ ਕਰਨੇ ਆ ਤੂੰ। ਤਾਂ ਕੀ ਰਸੋ ਨਿੱਕੀ ਜਿਹੀ ਮਸਜਿਦ ਹੈ ਮਾਸ਼ਾ ਅੱਲਾਹ, ਤਾਂ ਕੀ ਰਹੇ। ਸੋ ਉਸ ਤੋਂ ਬਾਅਦ ਭਾਈ ਮੁਸਤਫਾ ਸਾਹਮਣੇ ਬੈਠੇ ਹੋਏ, ਤਾਂ ਕੀ ਰਹੇ। ਸੋ ਇੱਧਰ ਜਿਹੜੀ ਹੈ ਨਾ ਕਾਰ ਹੈ, ਨਾਲ ਹੀ ਦਰਬਾਰ ਹੈ ਇੱਧਰ। ਫਸਟ ਆਫ ਆਲ ਵਜ਼ੂ ਕਰਨੇ ਆ ਐ ਜੀ ਤੱਕਣੇ। ਸੋ ਇੱਥੇ ਜਾਣਾ ਲੰਗਰ ਵੀ ਦੇਣੇ ਚੁੱਲ੍ਹੇ ਜੇ ਬੰਦੇ ਵੇ ਤੱਕਣੇ। ਸੋ ਜਮਰਾਤੀ ਇੱਥੇ ਰਾਸ਼ਨ ਆਇਆ, ਇਸ ਵਾਸਤੇ ਤੱਕਣੇ। ਸੋ ਕੁੱਕਰ ਵੀ ਆਉਣ, ਇੱਧਰ ਟੈਂਕੀ ਹੈ ਨਾਲ, ਇੱਧਰ ਜਿਹੜੀ ਨਾ ਮਸਜਿਦ ਵੀ ਹੈ, ਤਾਂ ਕੀ ਰਿਹਾ। ਸੋ ਇੱਧਰ ਤੱਕਣੇ, ਸੋ ਜੀ ਇੰਨਾ ਬਾਗ ਬਣਾਇਆ, ਇਸ ਪਾਸੇ ਰਾਇਸ਼ ਹੈ, ਐਤਵਾਰ ਤੱਕਣੇ। ਸੋ ਦਰਬਾਰ ਜੇ ਤੱਕ ਸੋ ਇੱਥੇ ਇੱਕ ਦੋ ਸ਼ਾਪਾਂ, ਉਸ ਤੋਂ ਬਾਅਦ ਜਮਰਾਤ ਨੇ ਤਿਆਰ ਇੱਥੇ ਜਾਣਾ ਚਾਹੁੰਦਾ, ਰਾਸ਼ਨ ਸਾਰਾ ਬਾਜ਼ਾਰ ਓਪਨ ਜਾਣਾ। ਇਸ ਪਾਸੇ ਜੋ ਤੱਕਣੇ ਸੋ ਹੈ ਤਕਨੀਰ ਹੈ। ਸੋ ਜਿਹੜੀਆਂ ਜਮਰਾਤੀ ਨੇ ਤਿਆਰ ਸਾਰੀਆਂ ਖੁੱਲੀਆਂ ਨੇ। ਇਹ ਜੀ ਅਸਾਂ ਜਿਹੜਾ ਨਾ ਪਹੁੰਚੇ ਆਏ ਹਾਂ ਤੱਕਣੇ। ਸੋ ਇਹ ਪਾਰਕਿੰਗ, ਇੱਥੇ ਅਸਾਂ ਆਪਣੇ ਗੱਡੀ ਪਾਰਕ ਕਰ ਸਕਾਂ, ਫਿਰ ਤੁਸੀਂ ਦੱਸਣਾ ਪਾਰਕ ਹਸਨ ਹਬੀਬ ਪਾਰਕ ਜਿਹੜਾ ਉਹ ਤੁਸੀਂ ਦੱਸਾਂ। ਇਹ ਜੀ ਪਾਰਕ ਹੈ, ਇੱਥੋਂ ਤੱਕਣੇ। ਸੋ ਬਸ ਤੋਂ ਪਾਰ ਜਾਣਾ, ਟੇਕ ਵੇ ਅੱਛਣਾ, ਫਿਰ ਚੜ੍ਹਾਉਣ ਤੁਸੀਂ ਪਾਰਕ ਦੱਸਣਾ ਪੈਣਾ, ਤੁਹਾਨੂੰ ਦੇਖੋ ਟੇਕ ਵੇ। ਨਾਂ ਹੈ ਜੀ ਹਬੀਬ ਪਾਰਕ, ਆਈ ਥਿੰਕ ਹਸਨ ਹਬੀਬ ਪਾਰਕ, ਇਹ ਜਿਹੜਾ ਨਾ ਦਾਵਤ ਇਸਲਾਮੀ ਵਾਲਿਆਂ ਖੋਲ੍ਹੇ ਆ ਤੱਕਣੇ। ਸੋ ਇਹ ਸਾਰਾ ਪਾਰਕ ਉਹਨਾਂ ਦਾ ਆ ਤੱਕਣੇ। ਸੋ ਮਸ਼ੀਨ ਜਿਹੜੀ ਹੈ ਨਾ ਕਾਹ ਕੱਪੜਿਆਂ ਦੀ, ਇੱਥੇ ਜਾਣਾ ਖਾਣ ਪੀਣ ਦੀ ਤੁਸੀਂ ਲੱਭੀ ਹੋਈ, ਤੁਸੀਂ ਦੱਸਾਂ ਇੱਧਰ ਤੋਂ ਤਾਂ ਕਿਹੜੀ। ਸੋ ਪਾਰਕ ਜਾਣਾ ਨੈਕਸਟ ਝੂਲੇ ਲੱਗੇ ਹੋਏ, ਤੁਸੀਂ ਕੀ ਦੱਸਾਂ। ਸੋ ਮੰਗਲਾ ਡੈਮ, ਇਸ ਟਾਈਮ ਮੰਗਲਾ ਡੈਮ ਲਈ ਰਿਹਾ ਆ ਤੱਕਣੇ। ਸੋ ਪਾਣੀ ਦੀ ਪੋਜੀਸ਼ਨ ਕਾਫੀ ਅੱਜ ਤੱਕ ਲਈ ਰਿਹਾ, ਮੰਗਲਾ ਡੈਮ ਰਿਹਾ ਇੱਥੇ, ਬੁਨਾ ਨਾਲ ਹੀ ਲੱਗਣਾ ਹੋਣਾ ਤਕਰੀਬਨ, ਬੁਨ ਵੀ ਨਾ ਬੂਟੇ ਲਾਏ ਹੋਏ ਕਾਫੀ ਸੋਹਣੇ। ਇਹ ਹੈ ਜੀ ਪਾਰਕ, ਪਾਰਕ ਸਾਹਮਣੇ ਜੋ ਜਿਹੇ ਲੱਗੇ ਹੋਏ ਤੁਸੀਂ ਸਾਨੂੰ ਸ਼ੇਅਰ ਕਰਨੇ ਆ। ਤੱਕਣੇ ਸੋ ਝੂਲੇ, ਉਸ ਪਾਸੇ ਸਾਰੀਆਂ ਤਕਰੀਬਨ ਜਿਹੜੀਆਂ ਨਾ ਪਿੰਗਾਂ ਹਨ ਤੱਕਣੇ। ਸੋ ਜਿਹੜੀ ਤੱਕਣੇ ਸੋ ਪਿੰਗ ਬਣਦੀ ਵੀ ਆ, ਇਹਨਾਂ ਜਿਹੜਾ ਨਾ ਦਰਖਤਾਂ ਲੱਭਦੀ ਕਿੱਕਰਾਂ ਨੇ ਬੂਟੇ ਨੂੰ।
ਹਾਂ ਜੀ ਹਵਾ ਤੇ ਨਾ ਜ਼ਰਾ ਦੋਨਾਂ ਸਾਂ ਜਿਹੜਾ ਨਾ ਜੁਲਿਆ ਮੋਟਰਸਾਈਕਲ ਆ ਬਾਜ਼ਾਰ ਕੋਈ ਚੀਜ਼ਾਂ ਸਨ ਉਹ ਜਿਹੜੀਆਂ ਨਾ ਆਉਣੀਆਂ ਠੀਕ ਹੈ ਇਸ ਟਾਈਮ ਹੀ ਅਸਾਂ ਪਹੁੰਚੇ ਹਾਂ ਬਾਜ਼ਾਰ ਇੱਥੋਂ ਜਿਹੜਾ ਨਾ ਅਸਾਂ ਕਿੰਨੀ ਹੈ ਗੋਭੀ ਤੱਕਣੇ ਸੋ ਅੱਜ ਕੱਲ੍ਹ ਮੌਸਮ ਆਈ ਗਿਆ ਗਾਜਰਾਂ ਨਾ ਅਤੇ ਨਾਲ ਹੀ ਪਾਲਕ ਵੀ ਆਇਆ ਉਸ ਤੋਂ ਬਾਅਦ ਪਿਆਜ਼ ਵੀ ਤੱਕਣੇ ਸੋ ਲੱਭੀ ਆ ਮੂਲੀਆਂ ਵੀ ਮੌਸਮ ਇਸ ਟਾਈਮ ਟਮਾਟਰ ਖੀਰੇ ਸ਼ੀਰੇ ਤੱਕਣੇ ਸੋ ਲੱਭੀ ਅਸਾਂ ਜਿਹੜਾ ਨਾ ਗੋਭੀ ਕਿੰਦੀ ਆ ਤੱਕਣੇ ਸੋ ਜੀ ਅਸਾਂ ਗੋਭੀ ਕਿਣੀ ਆਉਂਦੀ ਹਾਂ ਇੱਥੋਂ ਜਿਹੜਾ ਨਾ ਮੁਰਗਾ ਕਿਣ ਸਾਂ ਤਾਂ ਕੀ ਰਿਹਾ ਸੋ ਭਾਈ ਇਸ ਟਾਈਮ ਜ਼ਬਾ ਕਰੀ ਦੇ ਮੁਰਗਾ ਹਾਂ ਜੀ ਹਵਾ ਤੀਨਾ ਜ਼ਰਾ ਇਸ ਟਾਈਮ ਅਸਾਂ ਜਿਹੜਾ ਨਾ ਝੂਲੇ ਪਰ ਬੈਠੇ ਹਾਂ ਜੋ ਝੂਟੇ ਖਾਈ ਰਹੇ ਹਾਂ ਮੇਰੇ ਕਨਾਲ ਨੀ ਵੀਡੀਓ ਤੁਸੀਂ ਬਹੁਤ ਪਸੰਦ ਦੇਖੇ ਵੀਡੀਓ ਪਸੰਦ ਅੱਛਾ ਲਾਈਕ ਕਰਨਾ ਕਮੈਂਟ ਕਰਨਾ ਹਮਾਰੇ ਚੈਨਲ ਸਬਸਕ੍ਰਾਈਬ ਕਰ ਦਿਓ ਪਹਿਲਾ ਕਰ ਦਿਓ ਬਸ ਤਾਂ ਮਾਰੀ ਵੀਡੀਓ ਤੁਸੀਂ ਕੀ ਲੱਭ ਰਿਹਾ ਔਰ ਇਸ ਨਾਲ ਮਿਲ ਜੇ ਸੋ ਇਜਾਜ਼ਤ ਨੈਕਸਟ ਵੀਡੀਓ ਫਿਰ ਮਿਲਦਾ ਹਾਂ ਅੱਲਾ ਹਾਫਿਜ਼।